ਮੈਂ ਮੈਂ ਧੰਨਵਾਦ ਕਰਦੀ ਆ ਕਾਂਗਰਸ ਪਾਰਟੀ ਦਾ ਸਮੁੱਚੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਲਾਈਕ ਊਮਨ ਨੂੰ ਟਿਕਟ ਦੇ ਕੇ ਮੈਦਾਨ 'ਚ ਉਤਾਰਿਆ ਜਿਹੜੇ ਬਹੁਤ ਵੱਡੇ ਚਿਹਰੇ ਤੁਸੀਂ ਕਹਿੰਦੇ ਆ ਬੀ ਕਰਮਜੀਤ ਅਨਮੋਲ ਬਹੁਤ ਵੱਡਾ ਚਿਹਰਾ ਹਨਸ ਰਾਜ ਬਹੁਤ ਵੱਡਾ ਚਿਹਰਾ ਮੈਂ ਮੰਨਦੀ ਆ ਬਹੁਤ ਵੱਡੇ ਚਿਹਰੇ ਆ ਪਰ ਮੈਂ ਪੂਰੀ ਫਾਈਟ ਕਰੂੰਗੀ ਕਿਉਂਕਿ ਮੇਰਾ ਪੇਕਾ ਪਰਿਵਾਰ ਪਿੰਡ ਹੈ ਜਿਹੜਾ ਉਹ ਫਰੀਦਕੋਟ ਹੈ ਔਰ ਮੇਰਾ ਜਿਹੜਾ ਸੋਹਰਾ ਪਿੰਡ ਆ ਉਹ ਮੋਗੇ ਮੋਗੇ ਚੋਂਦਾ ਔਰ ਅਸੀਂ ਲੋਕਲ ਰਹਿੰਦੇ ਆ ਔਰ ਮੈਂ ਜਿਹੜਾ ਚੇਅਰਪਰਸਨ ਤੇ ਅਹੁਦੇ ਤੇ ਸੀ 5 ਸਾਲ ਮੈਂ ਬਹੁਤ ਸੇਵਾ ਕੀਤੀ ਹੈ ਲੋਕਾਂ ਦੀ ਔਰ ਮੈਂ ਆਪਣੇ ਹਸਬੰਡ ਦੇ ਐਂਡ ਲਾਈਕ ਉਹਨਾਂ ਦੇ ਨਾਲ ਹਮੇਸ਼ਾ ਕਦਮ ਨਾਲ ਕਦਮ ਲਾ ਕੇ ਚੱਲੀ ਆ ਉਹਨਾਂ ਨੂੰ 20 22 ਸਾਲ ਹੋ ਗਏ ਆ ਮੋਗੇ ਜ਼ਿਲ੍ਹੇ ਦੀ ਸੇਵਾ ਕਰਦੇ ਆ ਔਰ ਅਸੀਂ ਵੱਖ-ਵੱਖ ਜਗਰਾਉਂ ਤੋਂ ਵੀ ਇਲੈਕਸ਼ਨ ਲੜਿਆ ਇੱਥੋਂ ਵੀ ਲੜਿਆ ਇਹ ਦੋਵਾਰੀ ਮੋਗੇ ਜ਼ਿਲ੍ਹੇ ਤੋਂ ਔਰ ਮੈਨੂੰ ਨਹੀਂ ਲੱਗਦਾ ਵੀ ਮੇਰਾ ਜਿਹੜਾ ਚਿਹਰਾ ਹੈ ਉਹ ਲੋਕੀ ਨਹੀਂ ਪਸੰਨਣਗੇ ਮੇਰੀ ਬਹੁਤ ਪਛਾਣ ਬਣੀ ਹੋਈ ਆ ਕਿਉਂਕਿ ਐਜੂਕੇਸ਼ਨ ਡਿਪਾਰਟਮੈਂਟ ਚ ਬਹੁਤ ਜ਼ਿਆਦਾ ਲਾਈਕ ਟੀਚਰ ਹੁੰਦੇ ਆ ਜਿਨ੍ਹਾਂ ਕਰਕੇ ਸਾਡੇ ਸੈਮੀਨਾਰ ਲੱਗਦੇ ਆ ਸਾਡੀ ਜਿਹੜੀ ਪਛਾਣ ਆ ਉਹ ਜ਼ਿਲ੍ਹੇ ਚ ਬਣ ਜਾਂਦੀ ਆ ਤੇ ਲੱਗਦਾ ਕਿ ਚੁਣੌਤੀਆਂ ਵੱਡੀਆਂ ਨੇ ਚੁਣੌਤੀਆਂ ਵੱਡੀਆਂ ਦਾ ਸਾਹਮਣਾ ਕਰਨਾ ਪਿਆ ਇਸ ਚੀਜ਼ ਦਾ ਫਾਇਦਾ ਮਿਲੇਗਾ ਇੱਕ ਮਹਿਲਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਔਰ ਲੋਕਲ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਕੋਈ ਚੁਣੌਤੀ ਆ ਲਾਈਕ ਇਹਨੂੰ ਮੈਂ ਉਵੇਂ ਸਮੂਥਲੀ ਜਿਵੇਂ ਅਸੀਂ ਚੱਲਦੇ ਆ ਉਵੇਂ ਲੈ ਕੇ ਚੱਲਾਂਗੇ ਕਿਉਂਕਿ ਮੈਨੂੰ ਨਾ ਤਾਂ ਫਰੀਦਕੋਟ ਉਪਰਾ ਨਾ ਮੈਨੂੰ ਮੋਗਾ ਜ਼ਿਲ੍ਹਾ ਉਪਰਾ ਸਾਰੇ ਮੇਰੇ ਮਤਲਬ ਕਿ ਮੈਨੂੰ ਜਾਣਦੇ ਆ ਸਾਹੋਕੇ ਸਾਬ ਕਰਕੇ ਉਹਨਾਂ ਨੇ ਬਹੁਤ ਸੇਵਾ ਕੀਤੀ ਆ 22 ਸਾਲ ਤੋਂ ਇਸ ਜ਼ਿਲ੍ਹੇ ਦੀ ਔਰ ਉਹਨਾਂ ਦਾ ਜਿਹੜਾ ਸਾਰਾ ਪਿੰਡ ਆ ਉਹ ਫਰੀਦਕੋਟ ਹੈ ਉਹਨਾਂ ਨੂੰ ਵੀ ਸਾਰੇ ਜਾਣਦੇ ਆ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਕੋਈ ਚੁਣੌਤੀ ਆਉਗੀ ਤੇ ਜੇ ਚੁਣੌਤੀ ਆਉਂਦੀ ਵੀ ਆਤਾ ਸੀ ਉਹ ਸਾਹਮਣਾ ਕਰਾਂਗੇ ਲੱਗ ਰਿਹਾ ਕਿ ਵੱਡਾ ਦਾਾ ਖੇលਿਆ ਕਾਂਗਰਸ ਪਾਰਟੀ ਨੇ ਤੁਹਾਡੇ ਦੇ ਕਿਉਂਕਿ ਹਜੇ 2021 ਦੇ ਵਿੱਚ ਹੀ ਪਰਿਵਾਰ ਜਿਹੜਾ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ ਉਸ ਤੋਂ ਪਹਿਲਾਂ ਅਕਾਲੀ ਦਲ ਚ ਸੀ ਅ ਲਾਈਕ ਉਹਨਾਂ ਨੇ ਵਿਸ਼ਵਾਸ ਕੀਤਾ ਹੈ ਤੇ ਟਰਸਟ ਕੀਤਾ ਹੈ ਜਿਹੜਾ ਇਹ ਟਰਸਟ ਹੈ ਉਹਨਾਂ ਦਾ ਅਸੀਂ ਬਰਕਰਾਰ ਰੱਖਾਂਗੇ ਔਰ ਪੂਰੀ ਫਾਈਟ ਦੇਵਾਂਗੇ ਮਿਹਨਤ ਕਰਾਂਗੇ ਔਰ ਇਹ ਜਿਹੜੀ ਲੋਕ ਸਭਾ ਹਲਕਾ ਫਰੀਦਕੋਟ ਦੀ ਸੀਟ ਹੈ ਵੱਡੀ ਲੀਡ ਨਾਲ ਜਿੱਤ ਕੇ ਉਹਨਾਂ ਦੀ ਝੋਲੀ 'ਚ ਪਾਵਾਂਗੇ ਲੱਗਦਾ ਕਿ ਟਾਈਮ ਥੋੜਾ ਕੱਟ ਮਿਲਿਆ ਕਿਉਂਕਿ ਕੁਝ ਸੀਟਾਂ ਜਿਹੜੀਆਂ ਲੇਟ ਡਿਕਲੇਅਰ ਹੋਈਆਂ ਕਰਮਜੀਤ ਅਨਮੋਲ ਔਰ ਹੰਸਰਾ ਯੰਸ ਪਹਿਲਾਂ ਹੀ ਆਪਣੀ ਕੰਪਨੀ ਸ਼ੁਰੂ ਕਰ ਚੁੱਕੇ ਆ ਟਾਈਮ ਤਾਂ ਕੱਟ ਮਿਲਿਆ ਬਟ ਜਿਵੇਂ ਲਾਈਕ ਮੇਰਾ ਸਾਰਾ ਪਰਿਵਾਰ ਹੈ ਪੂਰੇ ਅਸੀਂ ਕਾਫੀ ਦੇਰ ਦੇ ਜਦੋਂ ਸਾਨੂੰ ਪਤਾ ਲੱਗ ਗਿਆ ਸੀ ਵੀ ਟਿਕਟ ਮਿਲਣੀ ਆ ਤੇ ਐਪਲੀਕੇਸ਼ਨ ਅਸੀਂ ਫਿਲ ਕਰਤੀ ਸੀ ਉਦੋਂ ਤੋਂ ਅਸੀਂ ਲਾਈਕ ਸਾਰਿਆਂ ਦੇ ਕੋਲੇ ਜਾਣਾ ਸ਼ੁਰੂ ਕਰਤਾ ਸੀਗਾ ਵੀ ਸਾਨੂੰ ਟਿਕਟ ਮਿਲਦੀ ਆ ਤਾਂ ਆਪਾਂ ਪੂਰਾ ਡਟ ਕੇ ਖੜਾਂਗੇ ਅ ਅਮਰਜੀਤ ਕੀ ਬੁੱਧੇ ਕਿਹੜੇ ਕਿਹੜੇ ਹੋਣਗੇ ਕੀ ਸੋਚ ਰਹੇ ਹੋ ਕਿ ਫਰੀਦਕੋਟ ਹਲਕੇ ਦੇ ਵਾਸਤੇ ਕੀ ਚਾਹੀਦਾ ਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਮੈਦਾਨ ਚ ਲੋਕਾਂ ਕੋਲ ਜਾਓਗੇ ਅ ਮੁੱਦੇ ਜਿਹੜੇ ਮੇਰੇ ਮਾਈਂਡ ਚ ਹੈ ਔਰ ਸਾਡੀ ਫੈਮਿਲੀ ਜਿਹੜਾ ਕਰਨਾ ਚਾਹੁੰਦੀ ਹੈ ਸਾਰੇ ਅਸੀਂ ਰਲ ਕੇ ਇੱਕ ਤਾਂ ਐਜੂਕੇਸ਼ਨ ਡਿਪਾਰਟਮੈਂਟ ਚ ਹੈਗੀ ਆ ਸਾਡੀ ਫੈਮਿਲੀ ਅਸੀਂ ਕਾਫੀ ਜਣੇ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਚ ਔਰ ਮੈਚੋਨੀਆਂ ਵੀ ਜਿਹੜਾ ਐਜੂਕੇਸ਼ਨ ਹੈ ਉਹ ਉਹਦੇ ਤੇ ਫੋਕਸ ਕੀਤਾ ਜਾਵੇ ਕਿਉਂਕਿ ਅੱਜ ਕੱਲ ਜਦੋਂ ਮੈਂ ਜੌਬ ਕਰਦੀ ਸੀਗੀ ਸ਼ੁਰੂ ਕੀਤੀ ਆ 2000 ਚ ਉਦੋਂ ਮਤਲਬ ਕਿ ਐਨੇ ਟੀਚਰ ਹੁੰਦੇ ਸੀਗੇ ਸਕੂਲਾਂ ਚ 20 25 25 ਜਣੇ ਆ ਸਾਡਾ ਮਤਲਬ ਕਿ ਪੂਰਾ ਵੱਡੇ ਵੱਡੇ ਗਰੁੱਪ ਹੁੰਦੇ ਸੀ ਔਰ ਜਦੋਂ ਮੈਂ ਅੱਜ ਦੇਖਦੀ ਆ ਨਾ ਸਕੂਲਾਂ ਚ ਇੱਕ ਦੋ ਟੀਚਰ ਹੀ ਰਹਿ ਗਏ ਆ ਇੰਨੀਆਂ ਪੋਸਟਾਂ ਜਿਹੜੀਆਂ ਉਹ ਖਾਲੀ ਹੋ ਚੁੱਕੀਆਂ ਔਰ ਉਹਨਾਂ ਦੀ ਰੈਗੂਲਰ ਭਰਤੀ ਨਹੀਂ ਹੋ ਚੁੱਕੀ ਇੱਕ ਤਾਂ ਸਾਡਾ ਫੋਕਸ ਐਜੂਕੇਸ਼ਨ ਤੇ ਰਹੂਗਾ ਦੂਜਾ ਜਿਹੜਾ ਸਾਡਾ ਗੇਮਸ ਤੇ ਰਊਗਾ ਕਿਉਂਕਿ ਮੈਂ ਫਰੀਦਕੋਟ ਚ ਮੇਰਾ ਬਰਥ ਹੋਇਆ ਉੱਥੇ ਮੈਂ ਪੜ੍ਹੀ ਆਂ ਔਰ ਉੱਥੇ ਮੈਂ ਖੇਲਦੀ ਰਹੀ ਆਂ ਉਸ ਸਟੇਡੀਅਮ ਚ ਨਹਿਰੂ ਸਟੇਡੀਅਮ ਚ ਔਰ ਮੈਂ ਜਦੋਂ ਦੇਖਦੀ ਆਂ ਨਾ ਵੀ ਉਹਦੀ ਹਾਲਤ ਹੈ ਜਿਹੜੀ ਬਹੁਤ ਨਾਜ਼ਕ ਹੋ ਚੁੱਕੀ ਆ ਮੈਂ ਚਾਹੁੰਨੀ ਆਂ ਵੀ ਉੱਥੋਂ ਦੇ ਜਿਹੜੇ ਬੱਚੇ ਆ ਬਹੁਤ ਜ਼ਿਆਦਾ ਗੀਮਾਂ ਚ ਅੱਗੇ ਜਾਂਦੇ ਆ ਔਰ ਮੈਂ ਵੀ ਬਾਸਕਟਬਾਲ ਦੀ ਪਲੇਅਰ ਰਹੀ ਆਂ ਉਸ ਸਟੇਡੀਅਮ ਚ ਖੇਡਦੀ ਰਹੀ ਆਂ ਜਦੋਂ ਮੈਂ ਨੰਗਦੀ ਆਂ ਉੱਥੋਂ ਦੀ ਤਾਂ ਮੈਨੂੰ ਬੜਾ ਦੁੱਖ ਹੁੰਦਾ ਹੈ ਵੀ ਇਹਦੀ ਜਿਹੜੀ ਹਾਲਤ ਹੈ ਉਹਦੇ 'ਚ ਸੁਧਾਰ ਲਿਆਂਦਾ ਜਾਵੇ ਕਿਉਂਕਿ ਫਰੀਦਕੋਟ ਦੇ ਕਾਫੀ ਬੱਚੇ ਉੱਥੋਂ ਵਧੀਆ ਪਲੇਅਰ ਨਿਕਲੇ ਆ ਔਰ ਤੀਜਾ ਜਿਹੜਾ ਮੇਰਾ ਹੈਗਾ ਉਹ ਹੈਗਾ ਜਣੀ ਦੀ ਜਿਹੜੀਆਂ ਜੌਬਸ ਐ ਉਹਨਾਂ ਨੂੰ ਰੈਗੂਲਰ ਭਰਤੀ ਕੀਤਾ ਜਾਵੇ ਕਿਉਂਕਿ ਜਿਹੜਾ ਭਾਜਪਾ ਸਰਕਾਰ ਨੇ ਮੋਦੀ ਸਰਕਾਰ ਨੇ ਜਿਹੜੀਆਂ ਜੌਬਾਂ ਉਹਨਾਂ ਨੂੰ ਪ੍ਰਾਈਵੇਟ ਸੈਕਟਰ 'ਚ ਪਾਤਾ ਔਰ ਸਾਡੇ ਜਿਹੜੇ ਬੱਚੇ ਆ ਉਹ ਲਾਈਕ ਰੈਗੂਲਰ ਜੌਬਾਂ ਨਹੀਂ ਕਰ ਪਾਉਂਦੇ ਆ ਬਹੁਤ ਪੜੇ ਲਿਖੇ ਜਦੋਂ ਮੈਂ ਮਿਲਦੀ ਆ ਲੋਕਾਂ ਦੇ ਪਰਿਵਾਰਾਂ ਚ ਜਾ ਕੇ ਡਬਲ ਐਮ ਐ ਆ ਜੀ ਸਾਡਾ ਬੱਚਾ ਸਾਡੇ ਬੱਚੇ ਨੇ ਆਹਾਹਾ এডਿਕੇਸ਼ਨ ਕੀਤੀ ਆ ਉਦੋਂ ਬੜੀ ਤਕਲੀਫ ਹੁੰਦੀ ਹੈ ਵੀ ਜਿਹੜੇ ਬੱਚੇ ਆ ਉਹ ਇੰਨੇ ਇੰਨਾ ਪੜ੍ਹ ਲਿਖ ਕੇ ਜਦੋਂ ਬੱਚੇ ਨੂੰ ਜੋਬ ਨਹੀਂ ਮਿਲਦੀ ਜਾਂ ਬੱਚਾ ਕਿਸੇ ਕੰਮ ਚ ਨਹੀਂ ਲੱਗਦਾ ਤਾਂ ਉਹ ਨਸ਼ਿਆਂ ਵੱਲ ਜਾਂਦਾ ਖਾਸ ਕਰਕੇ ਜਿਹੜੀ ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਆ ਯੰਗ ਬੱਚੇ ਆ ਉਹ ਨਸ਼ਿਆਂ ਵੱਲ ਜਾ ਰਹੇ ਆ ਇਸ ਕਰਕੇ ਅਗਰ ਉਹਨਾਂ ਨੂੰ ਜੋਬਾਂ ਮਿਲ ਲਗੀਆਂ ਉਹ ਬਿਜ਼ੀ ਰਹਿਣਗੇ ਆਪਣਾ ਕੰਮ ਕਰਨਗੇ ਤਾਂ ਉਹ ਜਿਹੜਾ ਨਸ਼ਿਆਂ ਤੋਂ ਦੂਰ रह ਸਕਣਗੇ ਔਰ ਜਿਹੜੀ ਐਜੂਕੇਸ਼ਨ ਹੈ ਮੈਂ ਕਿੰਨੀ ਵੀ ਸਾਰੇ ਬੱਚਿਆਂ ਨੂੰ ਸਰਕਾਰ ਨੂੰ ਫ੍ਰੀ ਕਰ ਦੇਣੀ ਚਾਹੀਦੀ ਆ ਔਰ ਜਿਹੜੀ ਹਾਇਰ ਐਜੂਕੇਸ਼ਨ ਹੈ ਕੋਈ ਗੱਲ ਨਹੀਂ ਫੋਰਮ ਚ ਵੀ ਜਿਹੜੀ ਹਾਇਰ ਐਜੂਕੇਸ਼ਨ ਹੈ ਉਹ ਐਕਸਪੈਂਸਿਵ ਹੁੰਦੀ ਆ ਪਰ ਜਦੋਂ ਅਸੀਂ ਪੜੇ ਆ ਬਹੁਤ ਘੱਟ ਜਿਹੜੀ ਫੀਸ ਅਸੀਂ ਸਾਡੇ ਮਾਪੇ ਦਿੰਦੇ ਹੁੰਦੇ ਸੀ ਔਰ ਅਸੀਂ ਵਧੀਆ ਪੜ ਜਾਂਦੇ ਸੀ ਉਵੇਂ ਦੀਆਂ ਚੀਜ਼ਾਂ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਕਿ ਹਰ ਇੱਕ ਬੱਚਾ ਹਰ ਇੱਕ ਪਰਿਵਾਰ ਉਹ ਐਜੂਕੇਸ਼ਨ ਨੂੰ ਅਫੋਰਡ ਕਰ ਸਕੇ ਸੋ ਇਹ ਮੇਰੇ ਹੈਗੇ ਆ ਫੋਕਸ ਹੈ ਜਿਹੜਾ ਮੇਰਾ ਇਹਨਾਂ ਚੀਜ਼ਾਂ ਤੇ ਰਹੂਗਾ ਔਰ ਮੈਂ ਇਹਨਾਂ ਚੀਜ਼ਾਂ ਨੂੰ ਮੈਂ ਇੱਥੋਂ ਵਿਨ ਹੋ ਕੇ ਜਾਨੀ ਆ ਔਰ ਮੈਂ ਆਪਣੇ ਜਿਹੜੇ ਇਹ ਮੁੱਦੇ ਆ ਉਹ ਲੋਕ ਸਭਾ ਚ ਰੱਖੂਗੀ ਔਰ ਲੋਕ ਸਭਾ ਹਲਕੇ ਦੀ ਆਵਾਜ਼ ਉੱਥੇ ਉਠਾਉਂਗੀ ਟੱਕਰ ਕਿਹਦੇ ਨਾਲ ਸਮਝਦੇ ਹਾਂ ਹੰਸਰਾਏ ਹੰਸ ਨੂੰ ਜ਼ਿਆਦਾ ਸਟਰੋਂਗ ਸਮਝਦੇ ਹਾਂ ਜਾਂ ਕਰਮਜੀਤ ਮੋਲਨ ਨੂੰ ਸਮਝਦੇ ਹਾਂ ਔਰ ਤੀਜੇ ਪਾਸੇ ਰਾਜਵਿੰਦਰ ਜਿਹੜੇ ਆਪਣੇ ਉਹ ਵੀ ਲੋਕਲ ਅਕਾਲੀ ਦਲ ਦਾ ਤੁਹਾਨੂੰ ਪਤਾ ਹੀ ਹੈ ਮੇਰੇ ਮੂੰਹ ਤੋਂ ਤਾਂ ਤੁਸੀਂ ਨਾ ਘਵਾਓ ਤੁਸੀਂ ਜਦਾ ਅਕਾਲੀ ਦਲ ਦੇ ਵਿੱਚ ਪਰਵਾਰ ਰਹਿਆ ਤਾਂ ਤੁਹਾਨੂੰ ਜਦਾ ਪਤਾ ਹੋਵੇਗਾ ਮੈਨੂੰ ਹਾਂਜੀ ਤੇ ਔਰ ਤੁਹਾਨੂੰ ਵੀ ਪਤਾ ਸਾਰਾ ਕੁਛ ਹੀ ਔਰ ਜਿਹੜੇ ਕਰਮਜੀਤਨ ਮੂਲ ਹੈ ਓਹੋ ਹੈ ਗਿਆ ਕਲਾਕਾਰ ਹੈ ਮੈਂ ਉਹਨਾਂ ਵਾਂਗੂੰ ਤਾਂ ਹੱਸ ਸਮਝਾ ਕੇ ਸਟੇਜ ਤੇ ਕਰ ਨਹੀਂ ਸਕਦੀ ਮੈਂ ਤਾਂ ਜਿਹੜੀ ਚੀਜ਼ ਹੈ ਉਹ ਨਾਰਮਲ ਤਰੀਕੇ ਨਾਲ ਲੋਕਾਂ ਨੂੰ ਸਮਝਾਉਂਗੀ ਉਹਨਾਂ ਨੇ ਹੱਸ ਖੇਡ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰਕੇ ਜਿਵੇਂ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਆ ਵੀ ਸਾਰੇ ਉਹ ਚੱਕ ਕੇ ਐਮਐਲਏ ਬਣ ਗਏ ਉਹਨਾਂ ਵਾਸਤੇ ਤਾਂ ਇਹ ਗੇਮ ਹੀ ਸੀਗੀ ਇੱਕ ਜਿਹੜੀ ਉਹਨਾਂ ਨੂੰ ਮਤਲਬ ਕਿ ਖੇਡ ਗਏ ਪਰ ਅਸੀਂ ਸੈਂਸੀਅਰ ਹੋ ਕੇ ਚੱਲਾਂਗੇ ਇਹਨਾਂ ਚੀਜ਼ਾਂ ਨੂੰ ਲੈ ਕੇ ਔਰ ਕਲਾਕਾਰ ਤਾਂ ਹੈਗੇ ਉਹਨਾਂ ਨੂੰ ਤਾਂ ਸਾਰੇ ਜਾਣਦੇ ਆ ਬਹੁਤ ਵੱਡੇ ਚਿਹਰੇ ਆ ਤੁਹਾਡੇ ਅਕੋਰਡਿੰਗ ਔਰ ਮੈਂ ਸਮਝਦੀ ਆ ਵੀ ਲੋਕ ਉਹਨਾਂ ਨੂੰ ਲਾਈਕ ਨਹੀਂ ਕਰਦੇ ਕੀ ਕਾਰਨ ਕੀ ਲੋਕ ਲਾਈਕ ਕਿਉਂ ਨਹੀਂ ਕਰਦੇਗੇ ਕਿ ਕਿਈ ਇਹ ਕਹਿਣਾ ਚਾਹੁੰਦੇ ਆ ਜਾਂ ਲੋਕਲ ਨਹੀਂ ਆ ਜਾਂ ਬਾਹਰ ਤੋਂ ਆ ਉਤਾ ਉਤਾ ਹੈਗਾ ਹੀ ਆ ਜਿਹੜੇ ਅੱਜ ਮੈਨੂੰ ਇਹ ਵਿਸ਼ਵਾਸ ਦਿਜਾਇਆ ਇਹ ਲੋਕਾਂ ਦੀ ਆਵਾਜ਼ ਸੀਗੀ ਵੀ ਸਾਹੋਕੇ ਪਰਿਵਾਰ ਬਹੁਤ ਮਿਹਨਤੀ ਹੈ ਉਹ ਉਹ ਕਿਉਂਕਿ ਮੇਰਾ ਪੋਲਿਟਿਕਸ ਚ ਵੀ ਐਕਸਪੀਰੀਅੰਸ ਹੈਗਾ ਔਰ ਲੋਕ ਚਾਹੁੰਦੇ ਵੀ ਐਕਸਪੀਰੀਅੰਸ ਬੰਦਾ ਵੀ ਇਹਨਾਂ ਨੇ ਤਾਂ ਪਹਿਲਾਂ ਅਨਐਕਸਪੀਰੀਅੰਸ ਬੰਦੇ ਜਿਹੜੇ ਐਮਐਲਏ ਬਣਾਤੇ ਮੰਤਰੀ ਬਣਾਤੇ ਉਹਨਾਂ ਦਾ ਕੋਈ ਐਕਸਪੀਰੀਅੰਸ ਨਹੀਂ ਅਗਰ ਹੁਣ ਉਹ ਸਰਪੰਚ ਜਾਂ ਮੈਂਬਰ ਦੀ ਚੋਣ ਲੜਦੇ ਨਾ ਆਈ ਥਿੰਕ ਸੋ ਉਹਨਾਂ ਨੂੰ ਕੋਈ ਵੋਟ ਨਹੀਂ ਪਾਊਗਾ ਹੰਸਰਾ ਹੰਸ ਦਿੱਲੀ ਤੋਂ ਐਮਪੀ ਨੇ ਤੇ ਉਹਨਾਂ ਬਾਰੇ ਕੀ ਕਹਾਂ ਉਹ ਠੀਕ ਐ ਨਾਈਸ ਪਰਸਨ ਐ ਮੈਂ ਉਹਨਾਂ ਦੇ ਜਿਹੜੇ Song ਐ ਉਹ ਵੀ ਮੈਂ ਬਹੁਤ ਸੁਣਦੀ ਰਹੀ ਆ ਪਰ ਉਹਨਾਂ ਦੀ ਜਿਹੜੀ ਅੱਜ ਕੱਲ ਲੋਕ ਹਾਲਤ ਕਰਦੇ ਨੇ ਉਦੋਂ ਤਕਲੀਫ ਹੁੰਦੀ ਐ ਇਹਨੇ ਨਾਈਸ ਬੰਦੇ ਆ ਉਹਨਾਂ ਨੂੰ ਉਹਨਾਂ ਨੇ ਭਾਜਪਾ ਨੇ ਪਤਾ ਨਹੀਂ ਕਾ ਤੋ ਇੱਥੇ ਲੋਕ ਸਭਾ ਹਲਕਾ ਫਰੀਦਕੋਟ ਚ ਟਿਕਟ ਦੇ ਕੇ ਪੀਸ ਤੱਕ